ਹਲਕਾ ਰਾਜਾਸਾਂਸੀ ਦੇ ਨਾਲ ਲੱਗਦੇ ਪਿੰਡ ਚਗਾਵਾਂ ਦੇ ਵਿੱਚ ਢਿੱਲੋਂ ਹਸਪੀਟਲ ਫਿਜ਼ੀਓਥੈਰੇਪੀ ਅਤੇ ਮਲਟੀ ਸਪੈਸ਼ਲਿਟੀ ਦਾ ਉਦਘਾਟਨ ਕੀਤਾ ਗਿਆ। ਡਾਕਟਰ ਕੁਵਰ ਨੇ ਉਦਘਾਟਨ ਕਰਦੇ ਹੋਏ ਦੱਸਿਆ ਕਿ ਇੱਥੇ ਨਾੜ, ਮਾਸਪੇਸ਼ੀਆਂ, ਜੋੜਾਂ ਦੇ ਦਰਦ, ਹੱਡੀਆਂ ਦਾ ਇਲਾਜ ਆਧੁਨਿਕ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਹੈ, ਕਿਉਂਕਿ ਇਹ ਪਿੰਡ ਬਾਰਡਰ ਏਰੀਆ ਦੇ ਨਾਲ ਲੱਗਦਾ ਹੈ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਮੌਕੇ ਤੇ ਡਾਕਟਰ ਢਿੱਲੋਂ ਨੇ ਦੱਸਿਆ ਕਿ ਬਾਰਡਰ ਏਰੀਆ ਹੋਣ ਦੇ ਕਾਰਨ ਲੋਕਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ ਤੇ ਹੁਣ ਉਹ ਚਗਾਵਾਂ ਢਿੱਲੋਂ ਹਸਪਤਾਲ ਦੇ ਵਿੱਚ ਹੀ ਫਿਜ਼ੀਓਥੈਰੇਪੀ ਦਾ ਲਾਭ ਲੈ ਸਕਦੇ ਨੇ। ਅਬਨੋਰਮਲ ਬੱਚਿਆਂ ਦਾ ਗੰਠੀਆਂ ਦੇ ਦਰਦ, ਕਮਰ ਦਰਦ, ਡਿਸਕ ਦਾ ਖਿਸਕਣਾ, ਰੀੜ ਦੀ ਹੱਡੀ, ਖੇਡਾਂ ਦੇ ਮੈਦਾਨ ਦੇ ਵਿੱਚ ਚੱਕਰ ਆਉਣਾ, ਕਿਸੇ ਵੀ ਆਪਰੇਸ਼ਨ ਦੇ ਬਾਅਦ ਮੁਸ਼ਕਲ ਆਉਣੀ, ਕਿਸੇ ਪ੍ਰਕਾਰ ਦਾ ਮਸ਼ੀਨਾਂ ਦੇ ਨਾਲ ਚੈੱਕਅਪ ਕੀਤਾ ਜਾ ਸਕਦਾ ਹੈ। ਫਿਜ਼ੀਓਥੈਰੇਪੀ ਸੈਂਟਰ ਜਿਹੜਾ ਕਿ ਇੱਥੇ ਸੈਂਟਰ ਖੋਲ੍ਹਿਆ ਗਿਆ ਔਰ ਇਹਦੇ ਵਿੱਚ ਮਲਟੀ ਸਪੈਸ਼ਲਿਟੀ ਫਿਜ਼ੀਓਥੈਰੇਪੀ ਰਿਲੇਟਿਡ ਜਿਹੜੀਆਂ ਬਿਮਾਰੀਆਂ ਦਾ ਇਲਾਜ ਹੋਊਗਾ ਉਹਦੇ ਬਾਰੇ ਤੁਸੀਂ ਜਾਣਦੇ ਹੋ। ਮਸਲ ਦੀ ਬੋਨਸ ਰਿਲੇਟਿਡ ਐਂਡ ਨਰਵ ਰਿਲੇਟਿਡ ਹੈ ਔਰ ਇਹ ਸਭ ਤੋਂ ਵਧੀਆ ਸੈਂਟਰ ਹੈ ਇਸ ਏਰੀਏ ਦਾ, ਜਿਨ੍ਹਾਂ ਦੇ ਸਭ ਤੋਂ ਵਧੀਆ ਇਕਵਿਪਮੈਂਟਸ ਐਂਡ ਨਵੀਂ ਟੈਕਨੋਲੋਜੀ ਦੇ ਰਿਗਾਰਡਿੰਗ ਇਲਾਜ ਕਰਦੇ ਨੇ। ਡਾਕਟਰ ਢਿੱਲੋਂ ਦਾ ਆਲਰੇਡੀ ਹੀ ਪਹਿਲਾਂ ਦਾ ਐਕਸਪੀਰੀਅੰਸ ਹੈ 5 ਸਾਲ ਦਾ, ਜੋ ਕਿ ਮਰੀਜ਼ਾਂ ਦੀ ਸੇਵਾ ਕਰਦੇ ਆਏ ਨੇ ਔਰ ਮੈਂ ਚਾਹੁੰਦਾ ਕਿ ਤਹਿ ਦਿਲੋਂ ਇੱਥੇ ਵੀ ਇਸ ਦਾ ਹੀ ਸੇਵਾ ਕਰਦੇ ਰਹਿਣਗੇ ਔਰ ਇੱਥੇ ਦੇ ਇਲਾਕੇ ਦੇ ਨਿਵਾਸੀਆਂ ਨੂੰ ਭਰਪੂਰ ਫਾਇਦਾ ਮਿਲੇਗਾ। ਮੈਂ ਡਾਕਟਰ ਤਾਰ ਸਿੰਘ ਢਿੱਲੋਂ, ਅਸੀਂ ਇੱਥੇ ਢਿੱਲੋਂ ਹਸਪਤਾਲ ਪਿੰਡ ਚਗਾਵਾਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਖੋਲ੍ਹਿਆ ਜੀ। ਇੱਥੇ ਸਾਡੇ ਬਾਰਡਰ ਏਰੀਏ ਨੂੰ ਬਹੁਤ ਮੁਸ਼ਕਲਾਂ ਸੀ, ਕੋਈ ਖਾਸ ਕਰਕੇ ਆ ਜਿਹੜਾ ਫਿਜ਼ੀਓਥੈਰੇਪੀ ਸੈਂਟਰ ਹੈ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਸੀ। ਇਹਨਾਂ ਲੋਕਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ, ਕਿਸੇ ਨੂੰ ਸ਼ਹਿਰਾਂ ਜਾਣਾ ਪੈਂਦਾ ਹੈ, ਹੋਰ ਨਾ ਕੋਈ ਨਾਲਾ ਫਿਜ਼ੀਓਥੈਰੇਪੀ ਸੈਂਟਰ ਸੀ, ਨਾ ਕੋਈ ਇੱਥੇ ਅਧਿਕਾਰੀ ਹੈਗਾ ਸੀ। ਅਤੇ ਜਿਸ ਤਰ੍ਹਾਂ ਇਹ ਪਿਛਲੇ ਕੁਝ ਸਮੇਂ ਤੋਂ ਕੋਈ 35-36 ਸਾਲ ਤੋਂ ਹੀ ਅੱਖਾਂ ਦਾ ਕੰਮ ਕਰਦੇ ਆਉਂਦੇ, ਅੱਖਾਂ ਦੇ ਕੈਂਪ ਲਾਉਂਦੇ ਆਉਂਦੇ। ਅਸੀਂ ਇਸ ਤੋਂ ਪਹਿਲਾਂ 49 ਫ੍ਰੀ ਆਈ ਕੈਂਪ ਲਾ ਚੁੱਕੇ ਹਾਂ, ਉਹ ਸਾਡਾ ਇਸ ਬਾਰਡਰ ਏਰੀਆ ਨੂੰ ਗਰੀਬ ਏਰੀਆ ਹੋਣ ਕਰਕੇ, ਪਛੜੇ ਏਰੀਆ ਹੋਣ ਕਰਕੇ ਸਾਡੇ ਲੋਕਾਂ ਨੂੰ ਬਹੁਤ ਲੋੜ ਸੀ ਉਹਨਾਂ ਚੀਜ਼ਾਂ ਦੀ। ਉਵੇਂ ਇੱਥੇ ਵੀ ਅਸੀਂ ਇਹ ਜਿਹੜਾ ਸੈਂਟਰ ਖੋਲ੍ਹਿਆ ਅਤੇ ਬੇਟੇ ਨੂੰ ਇਹ ਹਦਾਇਤ ਕੀਤੀ ਆ ਵੀ ਇੱਥੇ ਚੈਰੀਟੇਬਲ ਤੌਰ 'ਤੇ ਹੀ ਇਹਦੇ ਵਿੱਚ ਹੱਡੀਆਂ ਦੇ ਸਾਰੇ ਰੋਗਾਂ ਦਾ, ਅਪਾਹਜ ਬੱਚਿਆਂ ਦਾ, ਜਿਸ ਤਰ੍ਹਾਂ ਪੈਰਾਲਾਈਸਿਸ ਹੋ ਜਾਣਾ, ਛੇਟਕਾ ਵਗੈਰਾ, ਕਿਹੋ ਜਿਹੀਆਂ ਪ੍ਰੋਬਲਮ ਦੇ, ਜਾਂ ਜਿਸ ਤਰ੍ਹਾਂ ਸ਼ੂਗਰ ਵਾਲੇ ਮਰੀਜ਼ਾਂ ਦੇ ਆਮ ਹੱਥ ਪੈਰ ਸੁੰਨ ਹੋ ਜਾਣ, ਇਹਨਾਂ ਬਿਲਕੁਲ ਸਸਤੇ ਰੇਟ 'ਤੇ, ਬਿਲਕੁਲ ਸਸਤੇ, ਮਤਲਬ ਚੈਰੀਟੇਬਲ ਸੇਵਾ ਸੰਸਥਾ ਸੇਵਾ ਸੰਮਤੀ ਵਾਲਾ ਕੰਮ ਕਰਨ ਨੂੰ ਤਿਆਰ, ਕਿਉਂਕਿ ਸਤਿਗੁਰਾਂ ਨੇ ਰੋਟੀ ਦਿੱਤੀ ਹੈ ਅਤੇ ਹੁਣ ਇਹੋ ਜਿਹਾ ਅਸੀਂ ਸੇਵਾ ਕਰੀਏ ਲੋਕਾਂ। ਅਮਨ ਮਾਹਲ, ਦਿਵਿਆ ਪੰਜਾਬ ਟੀਵੀ, ਅੰਮ੍ਰਿਤਸਰ।